ਓਮ ਸ਼ਾਂਤੀ। ਅੱਜ 4/7/2024 ਦੀ ਬਾਣੀ ਹੈ। ਬਾਬਾ ਆਖਦੇ ਨੇ, ਮਿੱਠੇ ਬੱਚੇ ਭੈਣ ਭਰਾਵਾਂ ਦੇਵੀ ਭਾਨ ਤੋਂ ਨਿਕਲ, ਭਰਾ ਭਰਾ ਸਮਝੋ ਤਾਂ ਸਿਵਲ ਆਈ ਬਣ ਜਾਵੇਗੀ। ਆਤਮਾ ਜਦੋਂ ਸਿਵਲਾਈਜ਼ਡ ਬਣੇ ਤਾਂ ਕਰਮਾਤੀਤ ਬਣ ਸਕਦੀ ਹੈ। ਅੱਜ ਬਾਬਾ ਨੇ ਆਪਣੇ ਬੱਚਿਆਂ ਨੂੰ ਪ੍ਰਸ਼ਨ ਪੁੱਛਿਆ, ਆਪਣੀ ਖਾਮੀਆਂ ਨੂੰ ਕੱਢਣ ਲਈ ਕਿਹੜੀ ਜੁਗਤੀ ਰਚਣੀ ਚਾਹੀਦੀ ਹੈ? ਅੱਜ ਬਾਬਾ ਦਾ ਉੱਤਰ ਹੈ, ਆਪਣੇ ਚਰਿੱਤਰ ਦਾ ਰਜਿਸਟਰ ਰੱਖੋ, ਉਸ ਵਿੱਚ ਰੋਜ਼ ਦਾ ਪੂਤਾ ਮੀਲ ਨੋਟ ਕਰੋ। ਰਜਿਸਟਰ ਰੱਖਣ ਨਾਲ ਆਪਣੀਆਂ ਕਮੀਆਂ ਦਾ ਪਤਾ ਚੱਲੇਗਾ, ਫਿਰ ਸਹਿਜ ਹੀ ਉਹਨਾਂ ਨੂੰ ਕੱਢ ਸਕਾਂਗੇ। ਖਾਮੀਆਂ ਨੂੰ ਕੱਢਦੇ ਕੱਢਦੇ ਉਸ ਅਵਸਥਾ ਤੱਕ ਪਹੁੰਚਣਾ ਹੈ ਜੋ ਇੱਕ ਬਾਪ ਦੇ ਸਿਵਾਏ ਦੂਸਰਾ ਕੁਛ ਵੀ ਯਾਦ ਨਾ ਰਹੇ, ਕਿਸੇ ਵੀ ਪੁਰਾਣੀ ਚੀਜ਼ ਵਿੱਚ ਮਮੱਤਵ ਨਾ ਰਹੇ, ਅੰਦਰ ਕੁਛ ਵੀ ਮੰਗਣ ਦੀ ਤਮੰਨਾ ਨਾ ਰਹੇ। ਓਮ ਸ਼ਾਂਤੀ। ਇਹ ਹੈ ਮਾਨਵ ਬੁੱਧੀ, ਦੂਸਰੀ ਹੈ ਈਸ਼ਵਰੀ ਬੁੱਧੀ, ਫਿਰ ਹੋਵੇਗੀ ਦੈਵੀ ਬੁੱਧੀ। ਮਾਨਵ ਬੁੱਧੀ ਹੈ ਆਸੁਰੀ ਬੁੱਧੀ, ਕ੍ਰਿਮੀਨਲ ਅੱਖਾਂ ਹੈ ਨਾ। ਇੱਕ ਹੁੰਦਾ ਹੈ ਸਿਵਲਾਈਜ਼ਡ, ਦੂਸਰੇ ਹੁੰਦੇ ਹੈ ਕ੍ਰਿਮੀਨਲਾਈਜ਼ਡ। ਦੇਵਤਾ ਹੈ ਵਾਇਸਲੈਸ ਸਿਵਲਾਈਜ਼ਡ, ਅਤੇ ਇੱਥੇ ਕਲਯੁਗੀ ਮਨੁੱਖ ਹੈ ਵਿਸ਼ੇਸ਼ ਕ੍ਰਿਮੀਨਲਾਈਜ਼ਡ। ਉਹਨਾਂ ਦੇ ਖਿਆਲਾਤ ਹੀ ਵਿਸ਼ੇਸ਼ ਹੋਣਗੇ। ਕ੍ਰਿਮੀਨਲਾਈਜ਼ਡ ਮਨੁੱਖ ਰਾਵਣ ਦੀ ਜੇਲ੍ਹ ਵਿੱਚ ਪਏ ਰਹਿੰਦੇ ਹੈ। ਰਾਵਣ ਰਾਜ ਵਿੱਚ ਸਭ ਹੈ ਕ੍ਰਿਮੀਨਲਾਈਜ਼ਡ, ਇੱਕ ਵੀ ਸਿਵਲਾਈਜ਼ਡ ਨਹੀਂ ਹੈ। ਹੁਣ ਤੁਸੀਂ ਹੋ ਪੁਰਸ਼ੋਤਮ ਸੰਗਮ ਜੁਗਤੇ, ਹੁਣ ਬਾਬਾ ਤੁਹਾਨੂੰ ਕ੍ਰਿਮੀਨਲਾਈਜ਼ਡ 'ਤੇ ਬਦਲ ਕੇ ਸਿਵਲਾਈਜ਼ਡ ਬਣਾ ਰਹੇ ਹੈ। ਕ੍ਰਿਮੀਨਲਾਈਜ਼ਡ ਵਿੱਚ ਵੀ ਕਈ ਤਰ੍ਹਾਂ ਦੇ ਹੁੰਦੇ ਹੈ, ਕੋਈ ਸੈਮੀ, ਕੋਈ ਕਿਵੇਂ ਦੇ। ਜਦੋਂ ਸਿਵਲਾਈਜ਼ਡ ਬਣ ਜਾਓਗੇ ਉਦੋਂ ਕਰਮਾਤੀਤ ਅਵਸਥਾ ਹੋਵੇਗੀ, ਫਿਰ ਬ੍ਰਦਰਲੀ ਆਈਜ਼ ਮਨਾ ਭਰਾ ਭਰਾ ਦੀ ਦ੍ਰਿਸ਼ਟੀ ਬਣ ਜਾਵੇਗੀ। ਆਤਮਾ ਆਤਮਾ ਨੂੰ ਵੇਖਦੀ ਹੈ, ਸਰੀਰ ਤਾਂ ਰਹਿੰਦਾ ਹੀ ਨਹੀਂ ਹੈ, ਤਾਂ ਕ੍ਰਿਮੀਨਲਾਈਜ਼ਡ ਕਿਵੇਂ ਦੇ ਹੋਣਗੇ? ਇਸ ਲਈ ਬਾਪ ਕਹਿੰਦੇ ਹੈ, ਆਪਣੇ ਨੂੰ ਭਾਈ ਭੈਣ ਦੇ ਭਾਨ ਵਿੱਚੋਂ ਕੱਢਦੇ ਜਾਓ, ਭਰਾ ਭਰਾ ਸਮਝੋ। ਇਹ ਵੀ ਬਹੁਤ ਗੁਪਤ ਗੱਲ ਹੈ, ਕਦੇ ਕਿਸੇ ਦੀ ਬੁੱਧੀ ਵਿੱਚ ਆ ਨਹੀਂ ਸਕਦੀ। ਸਿਵਲਾਈਜ਼ ਦਾ ਅਰਥ ਕਦੇ ਕਿਸੇ ਦੀ ਬੁੱਧੀ ਵਿੱਚ ਆ ਨਹੀਂ ਸਕਦਾ, ਜੇਕਰ ਆ ਜਾਵੇ ਤਾਂ ਉੱਚ ਪਦ ਪਾ ਲੈਣ। ਬਾਪ ਸਮਝਾਉਂਦੇ ਹੈ, ਆਪਣੇ ਨੂੰ ਆਤਮਾ ਸਮਝੋ, ਸਰੀਰ ਨੂੰ ਭੁੱਲਣਾ ਹੈ। ਇਹ ਸਰੀਰ ਛੱਡਣਾ ਵੀ ਹੈ ਬਾਪ ਦੀ ਯਾਦ ਵਿੱਚ। ਮੈਂ ਆਤਮਾ ਬਾਬਾ ਦੇ ਕੋਲ ਜਾ ਰਿਹਾ ਹਾਂ, ਦੇਹ ਦਾ ਅਭਿਮਾਨ ਛੱਡ ਪਵਿੱਤਰ ਬਣਾਉਣ ਵਾਲੇ ਬਾਪ ਦੀ ਯਾਦ ਵਿੱਚ ਹੀ ਸਰੀਰ ਛੱਡਣਾ ਹੈ। ਕ੍ਰਿਮੀਨਲਾਈਜ਼ਡ ਹੋਵੇਗਾ ਤਾਂ ਅੰਦਰ ਵਿੱਚ ਜ਼ਰੂਰ ਖਾਂਦਾ ਰਹੇਗਾ। ਮੰਜ਼ਿਲ ਬਹੁਤ ਭਾਰੀ ਹੈ, ਭਾਵੇਂ ਕੋਈ ਵੀ ਚੰਗੇ ਚੰਗੇ ਬੱਚੇ ਹੋਣ ਤਾਂ ਵੀ ਕੁਛ ਨਾ ਕੁਛ ਭੁੱਲਾਂ ਹੁੰਦੀਆਂ ਜ਼ਰੂਰ ਹੈ, ਕਿਉਂਕਿ ਮਾਇਆ ਹੈ ਨਾ। ਕਰਮਾਤੀਤ ਤਾਂ ਕੋਈ ਵੀ ਹੋ ਨਹੀਂ ਸਕਦਾ। ਕਰਮਾਤੀਤ ਅਵਸਥਾ ਨੂੰ ਪਛਾੜੀ ਵਿੱਚ ਪਾਵਾਂਗੇ ਤਾਂ ਸਿਵਲਾਈਜ਼ਡ ਹੋ ਸਕਦੇ ਹਾਂ। ਫਿਰ ਉਹ ਰੂਹਾਨੀ ਬ੍ਰਦਰਲੀ ਲਵ ਰਹਿੰਦਾ ਹੈ, ਰੂਹਾਨੀ ਬ੍ਰਦਰਲੀ ਲਵ ਬਹੁਤ ਵਧੀਆ ਰਹਿੰਦਾ ਹੈ, ਫਿਰ ਕ੍ਰਿਮੀਨਲ ਨਜ਼ਰ ਨਹੀਂ ਹੁੰਦੀ, ਤਾਂ ਹੀ ਉੱਚ ਪਦਵੀ ਪਾ ਸਕਾਂਗੇ। ਬਾਬਾ ਏਮ ਓਬਜੈਕਟ ਤਾਂ ਪੂਰੀ ਦੱਸਦੇ ਹੈ, ਬੱਚੇ ਸਮਝਦੇ ਹੈ ਕਿ ਇਹ ਇਹ ਸਾਡੇ ਵਿੱਚ ਕਮੀ ਹੈ। ਰਜਿਸਟਰ ਰੱਖਣਗੇ ਜਦੋਂ ਤਾਂ ਕਮੀ ਦਾ ਵੀ ਪਤਾ ਚੱਲੇਗਾ। ਹੋ ਸਕਦਾ ਹੈ ਕੋਈ ਰਜਿਸਟਰ ਨਾ
ਰੱਖਣ ਨਾਲ ਵੀ ਸੁਧਰ ਸਕਦੇ ਹੈ। ਪਰੰਤੂ ਜੋ ਕੱਚੇ ਹੈ ਉਹਨਾਂ ਨੂੰ ਰਜਿਸਟਰ ਜ਼ਰੂਰ ਰੱਖਣਾ ਚਾਹੀਦਾ ਹੈ। ਕੱਚੇ ਤਾਂ ਬਹੁਤ ਹੈ, ਕਮੀਆਂ ਨੂੰ ਤਾਂ ਲਿਖਣਾ ਵੀ ਨਹੀਂ ਆਉਂਦਾ ਹੈ। ਅਵਸਥਾ ਤੁਹਾਡੀ ਇਵੇਂ ਦੀ ਚਾਹੀਦੀ ਹੈ ਜੋ ਹੋਰ ਕੋਈ ਯਾਦ ਨਾ ਆਵੇ, ਮੈਂ ਆਤਮਾ ਬਿਨਾਂ ਸਰੀਰ ਤੋਂ ਆਈ, ਹੁਣ ਆ ਸਰੀਰੀ ਬਣ ਕੇ ਜਾਣਾ ਹੈ। ਇਸ 'ਤੇ ਇੱਕ ਕਹਾਣੀ ਹੈ, ਉਸਨੇ ਕਿਹਾ ਤੁਸੀਂ ਸੋਠੀ ਵੀ ਨਾ ਚੁੱਕੋ, ਉਹ ਵੀ ਪਛਾੜੀ ਵਿੱਚ ਯਾਦ ਆਵੇਗੀ। ਕਿਵੇਂ ਵੀ ਚੀਜ਼ ਵਿੱਚ ਮਮੱਤਵ ਨਹੀਂ ਰੱਖਣਾ ਹੈ, ਬਹੁਤਿਆਂ ਦਾ ਮਮੱਤਵ ਪੁਰਾਣੀਆਂ ਚੀਜ਼ਾਂ ਵਿੱਚ ਰਹਿੰਦਾ ਹੈ। ਕੁਛ ਵੀ ਯਾਦ ਨਾ ਆਵੇ ਸਿਵਾਏ ਬਾਪ ਦੇ, ਕਿੰਨੀ ਉੱਚੀ ਮੰਜ਼ਿਲ ਹੈ। ਕਿੱਥੇ ਠਿੱਕਰੀਆਂ, ਕਿੱਥੇ ਸ਼ਿਵਬਾਵਾ ਦੀ ਯਾਦ। ਮੰਗਣ ਦੀ ਇੱਛਾ ਨਹੀਂ ਹੋਣੀ ਚਾਹੀਦੀ, ਜੇਕਰ ਉਹਨਾਂ ਨੂੰ ਘੱਟ ਤੋਂ ਘੱਟ 6 ਘੰਟੇ ਸਰਵਿਸ ਜ਼ਰੂਰ ਕਰਨੀ ਚਾਹੀਦੀ ਹੈ। ਉਵੇਂ ਤਾਂ ਸਰਕਾਰ ਦੀ ਨੌਕਰੀ 8 ਘੰਟੇ ਹੁੰਦੀ ਹੈ, ਪਰੰਤੂ ਪਾਂਡਵ ਗੌਰਮੈਂਟ ਦੀ ਸਰਵਿਸ 5-6 ਘੰਟੇ ਜ਼ਰੂਰ ਕਰੋ। ਬਖਸ਼ਿਸ਼ ਮਨੁੱਖ ਕਦੇ ਬਾਬਾ ਨੂੰ ਯਾਦ ਨਹੀਂ ਕਰ ਸਕਦੇ। ਸਤਯੁਗ ਵਿੱਚ ਹੈ ਵਾਇਸਲੈਸ ਦੁਨੀਆ, ਦੇਵੀ ਦੇਵਤਾਵਾਂ ਦੀ ਮਹਿਮਾ ਗਾਈ ਜਾਂਦੀ ਹੈ, ਸਰਗੁਣ ਸੰਪੰਨ 16 ਕਲਾ ਸੰਪੂਰਨ। ਤੁਹਾਡੀ ਬੱਚਿਆਂ ਦੀ ਅਵਸਥਾ ਕਿੰਨੀ ਉਪਰਾਮ ਰਹਿਣੀ ਚਾਹੀਦੀ ਹੈ। ਕਿਸੇ ਵੀ ਛੀ ਚੀਜ਼ ਵਿੱਚ ਮਮੱਤਵ ਨਹੀਂ ਰਹਿਣਾ ਚਾਹੀਦਾ, ਸਰੀਰ ਵਿੱਚ ਵੀ ਮਮੱਤਵ ਨਾ ਰਹੇ। ਇਹਨਾਂ ਜੋਗੀ ਬਣਨਾ ਹੈ, ਜਦੋਂ ਸੱਚਾ ਸੱਚ ਅਜਿਹੇ ਜੋਗੀ ਹੋਣਗੇ ਤਾਂ ਉਹ ਜਿਵੇਂ ਫਰੈਸ਼ ਤਾਜ਼ਾ ਰਹਿਣਗੇ। ਜਿੰਨਾ ਤੁਸੀਂ ਸਤੋ ਪ੍ਰਧਾਨ ਬਣਦੇ ਜਾਓਗੇ, ਖੁਸ਼ੀ ਦਾ ਪਾਰਾ ਉਨਾ ਚੜ੍ਹਦਾ ਜਾਵੇਗਾ। 5000 ਵਰੇ ਪਹਿਲੇ ਵੀ ਅਜਿਹੀ ਖੁਸ਼ੀ ਸੀ, ਸਤਯੁਗ ਵਿੱਚ ਵੀ ਉਹੀ ਖੁਸ਼ੀ ਹੋਵੇਗੀ, ਇੱਥੇ ਵੀ ਖੁਸ਼ੀ ਰਹੇਗੀ, ਫਿਰ ਇਹ ਵੀ ਖੁਸ਼ੀ ਨਾਲ ਲੈ ਜਾਵਾਂਗਾ। ਅੰਤ ਮਤੀ ਸੋ ਗਤੀ ਕਿਹਾ ਜਾਂਦਾ ਹੈ ਨਾ, ਹੁਣ ਵੀ ਮਤ ਹੈ, ਫਿਰ ਗਤੀ ਸਤਯੁਗ ਵਿੱਚ ਹੋਵੇਗੀ। ਇਹ ਬਹੁਤ ਵਿਚਾਰ ਸਾਗਰ ਮੰਥਨ ਕਰਨਾ ਹੁੰਦਾ ਹੈ। ਬਾਪ ਤਾਂ ਹੈ ਹੀ ਦੁੱਖ ਹਰਤਾ ਸੁੱਖ ਕਰਤਾ, ਤੁਸੀਂ ਕਹਿੰਦੇ ਹੋ ਅਸੀਂ ਬਾਪ ਦੇ ਬੱਚੇ ਹਾਂ ਤਾਂ ਕਿਸੇ ਨੂੰ ਵੀ ਦੁੱਖ ਨਹੀਂ ਦੇਣਾ ਚਾਹੀਦਾ, ਸਭ ਨੂੰ ਸੁੱਖ ਦਾ ਰਸਤਾ ਦੱਸਣਾ ਚਾਹੀਦਾ ਹੈ। ਜੇਕਰ ਸੁੱਖ ਨਹੀਂ ਦਿੰਦੇ ਤਾਂ ਜ਼ਰੂਰ ਦੁੱਖ ਦੇਣਗੇ। ਇਹ ਪੁਰਸ਼ੋਤਮ ਸੰਗਮ ਯੁੱਗ ਹੈ, ਜਦੋਂ ਕਿ ਤੁਸੀਂ ਪੁਰਸ਼ਾਰਥ ਕਰਦੇ ਹੋ। ਸਤੋ ਪ੍ਰਧਾਨ ਬਣਨ ਦੇ ਲਈ ਪੁਰਸ਼ਾਰਥੀ ਵੀ ਨੰਬਰਵਾਰ ਹੁੰਦੇ ਹੈ। ਜਦੋਂ ਬੱਚੇ ਵਧੀਆ ਸਰਵਿਸ ਕਰਦੇ ਹੈ ਤਾਂ ਬਾਪ ਉਹਨਾਂ ਦੀ ਮਹਿਮਾ ਕਰਦੇ ਹੈ, ਇਹ ਫਲਾਨਾ ਬੱਚਾ ਜੋਗੀ ਹੈ। ਜੋ ਸਰਵਿਸਬੁੱਲ ਬੱਚੇ ਹੈ ਉਹ ਵਾਇਸਲੈਸ ਜੀਵਨ ਵਿੱਚ ਹੈ। ਜਿਸ ਨੂੰ ਜ਼ਰਾ ਵੀ ਇਵੇਂ ਉਵੇਂ ਖਿਆਲਾਤ ਨਹੀਂ ਆਉਂਦੇ ਹੈ, ਉਹੀ ਪਛਾੜੀ ਵਿੱਚ ਕਰਮਾਤੀਤ ਅਵਸਥਾ ਨੂੰ ਪਾਉਣਗੇ। ਤੁਸੀਂ ਬ੍ਰਾਹਮਣ ਹੀ ਸਿਵਲਾਈਜ਼ਡ ਬਣ ਰਹੇ ਹੋ। ਮਨੁੱਖ ਨੂੰ ਕਦੇ ਦੇਵਤਾ ਨਹੀਂ ਕਿਹਾ ਜਾ ਸਕਦਾ ਹੈ। ਜੋ ਕ੍ਰਿਮੀਨਲ ਆਈਜ਼ਡ ਹੋਵੇਗਾ ਉਹ ਪਾਪ ਜ਼ਰੂਰ ਕਰੇਗਾ। ਸਤਯੁਗੀ ਦੁਨੀਆ ਪਵਿੱਤਰ ਦੁਨੀਆ ਹੈ, ਇਹ ਹੈ ਪਾਤਿਤ ਦੁਨੀਆ। ਇਹ ਅਰਥ ਵੀ ਸਮਝਦੇ ਨਹੀਂ ਹੈ, ਜਦੋਂ ਬ੍ਰਾਹਮਣ ਬਣਨ ਤਾਂ ਸਮਝਣ। ਕਹਿੰਦੇ ਹੈ ਗਿਆਨ ਤਾਂ ਬਹੁਤ ਵਧੀਆ ਹੈ, ਜਦੋਂ ਫੁਰਸਤ ਹੋਵੇਗੀ ਉਹਦੇ ਆਵਾਂਗੇ। ਬਾਬਾ ਸਮਝਦੇ ਹੈ, ਆਏਂਗੇ ਕਦੇ ਵੀ ਨਹੀਂ। ਇਹ ਤਾਂ ਬਾਪ ਦੀ ਇਨਸਲਟ ਹੋਈ, ਮਨੁੱਖ ਤੋਂ ਦੇਵਤਾ ਬਣਦੇ ਹੈ ਤਾਂ ਫੌਰਨ ਕਰਨਾ ਚਾਹੀਦਾ ਨਾ। ਕੱਲ ਤੇ ਪਾਇਆ ਤਾਂ ਮਾਇਆ ਨੱਕ ਤੇ ਫੜ ਕੇ ਗਟਰ ਵਿੱਚ ਪਾ ਦੇਵੇਗੀ, ਕੱਲ ਕੱਲ ਕਰਦੇ ਕਾਲ ਖਾ ਜਾਏਗਾ। ਸ਼ੁਭ ਕੰਮ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ।
ਕਾਲ ਦਾ ਆਂ ਸਿਰ ਤੇ ਖੜਾ ਹੈ। ਕਿੰਨਾ ਮਨੁੱਖ ਅਚਾਨਕ ਮਰ ਜਾਂਦੇ ਹੈ। ਹੁਣੇ ਬੰਬ ਡਿੱਗੇ ਤਾਂ ਕਿੰਨੇ ਮਨੁੱਖ ਮਰ ਜਾਣਗੇ। ਭੂਚਾਲ ਆਉਂਦਾ ਹੈ ਤਾਂ ਪਹਿਲੇ ਥੋੜ੍ਹੀ ਨਾ ਪਤਾ ਚੱਲਦਾ ਹੈ। ਡਰਾਮੇ ਅਨੁਸਾਰ ਕੁਦਰਤੀ ਆਫਤਾਂ ਵੀ ਆਉਂਦੀਆਂ ਹੈ, ਜਿਸ ਨੂੰ ਤਾਂ ਕੋਈ ਜਾਣ ਨਹੀਂ ਸਕਦਾ। ਬਹੁਤ ਨੁਕਸਾਨ ਹੋ ਜਾਂਦਾ ਹੈ। ਫਿਰ ਸਰਕਾਰ ਗੱਡੀਆਂ ਦਾ ਕਿਰਾਇਆ ਆਦਿ ਵੀ ਵਧਾ ਦਿੰਦੀ ਹੈ। ਮਨੁੱਖ ਨੂੰ ਤਾਂ ਜਾਣਾ ਹੀ ਪਏ, ਖਿਆਲ ਕਰਦੇ ਰਹਿੰਦੇ ਹੈ ਕਿਵੇਂ ਆਮਦਨੀ ਵਧਾਈਏ ਜੋ ਮਨੁੱਖ ਦੇ ਸਕਣ। ਅਨਾਜ ਕਿੰਨਾ ਮਹਿੰਗਾ ਹੋ ਗਿਆ ਹੈ ਤਾਂ ਬਾਪ ਬੈਠ ਸਮਝਾਉਂਦੇ ਹੈ। ਸਿਵਲਾਈਜ਼ਡ ਨੂੰ ਕਹਾਂਗੇ ਪਵਿੱਤਰ ਆਤਮਾ, ਇਹ ਤਾਂ ਦੁਨੀਆ ਹੀ ਕ੍ਰਿਮੀਨਲਾਈਜ਼ਡ ਹੈ। ਤੁਸੀਂ ਹੁਣ ਸਿਵਲਾਈਜ਼ਡ ਬੰਦੇ ਹੋ। ਮਿਹਨਤ ਹੈ ਉੱਚ ਪਦ ਪਾਉਣ, ਕੋਈ ਮਾਸੀ ਦਾ ਘਰ ਨਹੀਂ ਹੈ। ਜੋ ਬਹੁਤ ਸਿਵਲਾਈਜ਼ਡ ਬਣਗੇ ਉਹੀ ਉੱਚ ਪਦਵੀ ਪਾਉਣਗੇ। ਤੁਸੀਂ ਤਾਂ ਇੱਥੇ ਆਏ ਹੋ ਨਰ ਤੋਂ ਨਾਰਾਇਣ ਬਣਨ ਦੇ ਲਈ, ਪਰੰਤੂ ਜੋ ਸਿਵਲਾਈਜ਼ਡ ਨਹੀਂ ਬਣਦੇ, ਗਿਆਨ ਲੈ ਨਹੀਂ ਸਕਦੇ, ਉਹ ਪਦ ਵੀ ਘੱਟ ਪਾਉਣਗੇ। ਇਸ ਵਕਤ ਸਾਰੇ ਮਨੁੱਖਾਂ ਦੀ ਹੈ ਕ੍ਰਿਮੀਨਲਾਈਜ਼ਡ, ਸਤਿਯੁਗ ਵਿੱਚ ਹੁੰਦੀ ਹੈ ਸਿਵਲਾਈਜ਼ਡ। ਬਾਪ ਸਮਝਾਉਂਦੇ ਹੈ, ਮਿੱਠੇ ਬੱਚੇ ਤੁਸੀਂ ਦੇਵੀ ਦੇਵਤਾ ਸਵਰਗ ਦੇ ਮਾਲਕ ਬਣਨਾ ਚਾਹੁੰਦੇ ਹੈ ਤਾਂ ਬਹੁਤ ਬਹੁਤ ਸਿਵਲਾਈਜ਼ਡ ਬਣੋ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਤਾਂ 100% ਸੋਲ ਕੌਨਸ਼ੀਅਸ ਬਣ ਸਕੋਗੇ। ਕਿਸੇ ਨੂੰ ਵੀ ਮਤਲਬ ਸਮਝਾਉਣਾ ਹੈ, ਸਤਿਯੁਗ ਵਿੱਚ ਪਾਪ ਦੀ ਕੋਈ ਗੱਲ ਨਹੀਂ ਹੁੰਦੀ, ਉਹ ਹੈ ਹੀ ਸਰਵਗੁਣ ਸੰਪੰਨ ਸੰਪੂਰਨ ਸਿਵਲਾਈਜ਼ਡ। ਚੰਦਰਵੰਸ਼ੀ ਦੀ ਵੀ ਦੋ ਕਲਾ ਘੱਟ ਹੁੰਦੀ ਹੈ। ਚੰਦਰਮਾ ਦੀ ਵੀ ਪਿੱਛੋਂ ਆ ਕੇ ਬਾਕੀ ਲਕੀਰ ਰਹਿੰਦੀ ਹੈ। ਇਕਦਮ ਨਿਲ ਮਨਾ ਖਤਮ ਨਹੀਂ ਹੁੰਦੀ ਹੈ। ਕਹਿਣਗੇ ਪ੍ਰਾਇਆ ਲੋਪ ਹੋ ਗਿਆ, ਬੱਦਲਾਂ ਵਿੱਚ ਵਿਖਦਾ ਨਹੀਂ ਹੈ। ਤਾਂ ਬਾਪ ਕਹਿੰਦੇ ਹੈ, ਤੁਹਾਡੀ ਜੋਤ ਵੀ ਬਿਲਕੁਲ ਬੁੱਝ ਨਹੀਂ ਜਾਂਦੀ ਹੈ, ਕੁਛ ਨਾ ਕੁਛ ਲਾਈਟ ਰਹਿੰਦੀ ਹੈ। ਸੁਪਰੀਮ ਬੈਟਰੀ ਤੋਂ ਫਿਰ ਤੁਸੀਂ ਪਾਵਰ ਲੈਂਦੇ ਹੋ। ਖੁਦ ਹੀ ਆ ਕੇ ਦੱਸਦੇ ਹੈ ਕਿ ਮੇਰੇ ਨਾਲ ਤੁਸੀਂ ਕਿਵੇਂ ਯੋਗ ਲਗਾ ਸਕਦੇ ਹੋ। ਟੀਚਰ ਪੜ੍ਹਾਉਂਦੇ ਹੈ ਤਾਂ ਬੁੱਧੀ ਯੋਗ ਟੀਚਰ ਨਾਲ ਰਹਿੰਦਾ ਹੈ ਨਾ। ਟੀਚਰ ਜੋ ਮਤ ਦੇਣਗੇ ਉਹ ਪੜ੍ਹਾਂਗੇ, ਅਸੀਂ ਵੀ ਪੜ੍ਹ ਕੇ ਟੀਚਰ ਅਥਵਾ ਬਰਿਸਟਰ ਬਣਾਂਗੇ। ਇਸ ਵਿੱਚ ਕਿਰਪਾ ਜਾਂ ਆਸ਼ੀਰਵਾਦ ਦੀ ਗੱਲ ਹੀ ਨਹੀਂ ਰਹਿੰਦੀ ਹੈ, ਮੱਥਾ ਟੇਕਣ ਦੀ ਵੀ ਲੋੜ ਨਹੀਂ। ਹਾਂ, ਕੋਈ ਹਰੀ ਓਮ ਜਾਂ ਰਾਮ ਰਾਮ ਕਰਦੇ ਹੈ ਤਾਂ ਵਾਪਿਸ ਕਰਨਾ ਪੈਂਦਾ ਹੈ। ਇਹ ਇੱਕ ਇੱਜ਼ਤ ਦੇਣੀ ਹੁੰਦੀ ਹੈ, ਹੰਕਾਰ ਨਹੀਂ ਵਿਖਾਉਣਾ ਹੈ। ਤੁਸੀਂ ਜਾਣਦੇ ਹੋ ਅਸੀਂ ਤਾਂ ਇੱਕ ਬਾਪ ਨੂੰ ਹੀ ਯਾਦ ਕਰਨਾ ਹੈ। ਕੋਈ ਭਗਤੀ ਛੱਡਦੇ ਹੈ ਤਾਂ ਵੀ ਹੰਗਾਮਾ ਹੋ ਜਾਂਦਾ ਹੈ। ਭਗਤੀ ਛੱਡਣ ਵਾਲੇ ਨੂੰ ਨਾਸਤਿਕ ਸਮਝਦੇ ਹੈ। ਉਹਨਾਂ ਦੇ ਨਾਸਤਿਕ ਕਹਿਣ ਵਿੱਚ ਅਤੇ ਤੁਹਾਡੇ ਕਹਿਣ ਵਿੱਚ ਕਿੰਨਾ ਫਰਕ ਹੈ। ਤੁਸੀਂ ਕਹਿੰਦੇ ਹੋ ਉਹ ਬਾਪ ਨੂੰ ਨਹੀਂ ਜਾਣਦੇ ਹੈ, ਇਸ ਲਈ ਨਾਸਤਿਕ ਨਿਧਨ ਦੇ ਹੈ, ਇਸ ਲਈ ਸਭ ਲੜਦੇ ਝਗੜਦੇ ਰਹਿੰਦੇ ਹੈ। ਘਰ ਘਰ ਵਿੱਚ ਝਗੜਾ ਅਸ਼ਾਂਤੀ ਹੈ, ਕ੍ਰੋਧ ਦੀ ਨਿਸ਼ਾਨੀ ਹੈ ਅਸ਼ਾਂਤੀ। ਉੱਥੇ ਕਿੰਨੀ ਅਪਾਰ ਸ਼ਾਂਤੀ ਹੈ। ਮਨੁੱਖ ਕਹਿੰਦੇ ਹੈ ਭਗਤੀ ਵਿੱਚ ਬੜੀ ਸ਼ਾਂਤੀ ਮਿਲਦੀ ਹੈ, ਪਰੰਤੂ ਉਹ ਹੈ ਥੋੜ੍ਹੇ ਸਮੇਂ ਦੇ ਲਈ। ਸਦਾ ਦੇ ਲਈ ਸ਼ਾਂਤੀ ਚਾਹੀਦੀ ਹੈ ਨਾ। ਤੁਸੀਂ ਧਨੀ ਤੋਂ ਨਿਧਨ ਦੇ ਬਣ ਜਾਂਦੇ ਹੋ ਤਾਂ ਸ਼ਾਂਤੀ ਤੋਂ ਫਿਰ ਅਸ਼ਾਂਤੀ ਵਿੱਚ ਆ ਜਾਂਦੇ ਹੋ। ਬੇਹੱਦ ਦਾ ਬਾਪ ਬੇਹੱਦ ਸੁੱਖ ਦਾ ਵਰਸਾ ਦਿੰਦੇ ਹੈ, ਹੱਦ ਦੇ ਬਾਪ ਤੋਂ ਹੱਦ ਦੇ ਸੁੱਖ ਦਾ ਵਰਸਾ ਮਿਲਦਾ ਹੈ। ਉਹ ਅਸਲ ਵਿੱਚ ਹੈ ਦੁੱਖ ਦਾ, ਕਾਮ ਕਟਾਰੀ ਦਾ ਵਰਸਾ, ਜਿਸ ਵਿੱਚ ਦੁੱਖ ਹੀ ਦੁੱਖ ਹੈ।
ਇਸ ਲਈ ਬਾਪ ਕਹਿੰਦੇ ਹੈ ਤੁਸੀਂ ਆਦਿ ਮੱਧਿਆ ਅੰਤ ਦੁੱਖ ਪਾਉਂਦੇ ਹੋ। ਬਾਪ ਕਹਿੰਦੇ ਹੈ ਮੈਨੂੰ ਪਾਤਿਤ ਪਾਵਨ ਬਾਪ ਨੂੰ ਯਾਦ ਕਰੋ। ਇਸ ਨੂੰ ਕਿਹਾ ਜਾਂਦਾ ਹੈ ਸਹਿਜ ਯਾਦ ਅਤੇ ਸਹਿਜ ਗਿਆਨ ਸ੍ਰਿਸ਼ਟੀ ਚੱਕਰ ਦਾ। ਤੁਸੀਂ ਆਪਣੇ ਨੂੰ ਆਦਿ ਸਨਾਤਨ ਦੇਵੀ ਦੇਵਤਾ ਧਰਮ ਦਾ ਸਮਝੋਗੇ ਤਾਂ ਜ਼ਰੂਰ ਸਵਰਗ ਵਿੱਚ ਆਓਗੇ। ਸਵਰਗ ਵਿੱਚ ਸਭ ਸਿਵਲਾਈਜ਼ਡ ਹੈ। ਦੇਹ ਅਭਿਮਾਨੀ ਨੂੰ ਕ੍ਰਿਮੀਨਲਾਈਜ਼ਡ ਕਿਹਾ ਜਾਂਦਾ ਹੈ। ਸਿਵਲਾਈਜ਼ਡ ਵਿੱਚ ਕੋਈ ਵੀ ਵਿਕਾਰ ਨਹੀਂ ਹੁੰਦਾ। ਬਾਪ ਕਿੰਨਾ ਸਹਿਜ ਕਰ ਸਮਝਾਉਂਦੇ ਹੈ ਪਰ ਬੱਚਿਆਂ ਨੂੰ ਇਹ ਵੀ ਯਾਦ ਨਹੀਂ ਰਹਿੰਦਾ ਕਿਉਂਕਿ ਕ੍ਰਿਮੀਨਲਾਈਜ਼ਡ ਹੈ ਤਾਂ ਛੀ ਛੀ ਦੁਨੀਆ ਹੀ ਉਹਨਾਂ ਨੂੰ ਯਾਦ ਰਹਿੰਦੀ ਹੈ। ਬਾਪ ਕਹਿੰਦੇ ਹੈ ਇਸ ਦੁਨੀਆ ਨੂੰ ਭੁੱਲ ਜਾਓ। ਅੱਛਾ, ਮਿੱਠੇ ਮਿੱਠੇ ਸਿੱਖੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੇ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖਿਆ ਸਾਰ ਨੰਬਰ 1 ਪਰ ਅਜਿਹੇ ਜੋਗੀ ਬਣਨਾ ਹੈ ਜੋ ਸਰੀਰ ਵਿੱਚ ਜ਼ਰਾ ਵੀ ਮਹੱਤਵ ਨਾ ਰਹੇ, ਕੋਈ ਵੀ ਛੀ ਛੀ ਵਿੱਚ ਅਸਕਤੀ ਨਾ ਜਾਵੇ, ਅਵਸਥਾ ਅਜਿਹੀ ਉਪਰਾਮ ਰਹੇ, ਖੁਸ਼ੀ ਦਾ ਪਾਰਾ ਚੜਿਆ ਹੋਇਆ ਹੋਵੇ। ਨੰਬਰ 2, ਕਾਲ ਸਿਰ 'ਤੇ ਖੜਾ ਹੈ, ਇਸ ਲਈ ਸ਼ੁਭ ਕੰਮ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ, ਕੱਲ੍ਹ 'ਤੇ ਨਹੀਂ ਛੱਡਣਾ ਹੈ, ਵਰਦਾਨ ਹੈ ਅੱਜ ਦਾ। ਚਤੁਰ ਸੁਜਾਨ ਬਾਪ ਨਾਲ ਚਤੁਰਾਈ ਕਰਨ ਦੀ ਬਜਾਏ ਮਹਿਸੂਸਤਾ ਸ਼ਕਤੀ ਦੁਆਰਾ ਸਰਬ ਪਾਪਾਂ ਤੋਂ ਮੁਕਤ ਭਵ। ਚਤੁਰ ਸੁਜਾਨ ਬਾਪ ਨਾਲ ਚਤੁਰਾਈ ਕਰਨ ਦੀ ਬਜਾਏ ਮਹਿਸੂਸਤਾ ਸ਼ਕਤੀ ਦੁਆਰਾ ਸਰਬ ਪਾਪਾਂ ਤੋਂ ਮੁਕਤ ਭਵ। ਅੱਜ ਬਾਬਾ ਆਖਦੇ ਨੇ ਕਈ ਬੱਚੇ ਚਤੁਰ ਸੁਜਾਨ ਬਾਪ ਨਾਲ ਵੀ ਚਤੁਰਾਈ ਕਰਦੇ ਹੈ। ਆਪਣਾ ਕੰਮ ਸਿੱਧ ਕਰਨ ਦੇ ਲਈ, ਆਪਣਾ ਨਾਮ ਚੰਗਾ ਕਰਨ ਦੇ ਲਈ ਉਸ ਵੇਲੇ ਮਹਿਸੂਸ ਕਰ ਲੈਂਦੇ ਹੈ, ਲੇਕਿਨ ਉਸ ਮਹਿਸੂਸਤਾ ਵਿੱਚ ਸ਼ਕਤੀ ਨਹੀਂ ਹੁੰਦੀ, ਇਸ ਲਈ ਪਰਿਵਰਤਨ ਨਹੀਂ ਹੁੰਦਾ। ਕਈ ਹੈ ਜੋ ਸਮਝਦੇ ਹੈ ਇਹ ਠੀਕ ਨਹੀਂ ਹੈ, ਲੇਕਿਨ ਸੋਚਦੇ ਹੈ ਕਿ ਕਿਧਰੇ ਨਾਮ ਖਰਾਬ ਨਾ ਹੋਵੇ, ਇਸ ਲਈ ਆਪਣੇ ਵਿਵੇਕ ਦਾ ਖੂਨ ਕਰਦੇ ਹੈ। ਇਹ ਵੀ ਪਤਾ ਪਾਪ ਦੇ ਖਾਤੇ ਵਿੱਚ ਜਮ੍ਹਾਂ ਹੁੰਦਾ ਹੈ, ਇਸ ਲਈ ਚਤੁਰਾਈ ਨੂੰ ਛੱਡ, ਸੱਚੇ ਦਿਲ ਤੋਂ ਮਹਿਸੂਸਤਾ ਨਾਲ ਖੁਦ ਨੂੰ ਪਰਿਵਰਤਨ ਕਰ, ਪਾਪਾਂ ਤੋਂ ਮੁਕਤ ਬਣੋ। ਸਲੋਗਨ ਅੱਜ ਦਾ, ਜੀਵਨ ਵਿੱਚ ਰਹਿੰਦੇ ਵੱਖ ਵੱਖ ਬੰਧਨਾਂ ਤੋਂ ਮੁਕਤ ਰਹਿਣਾ ਹੀ ਜੀਵਨ ਮੁਕਤ ਸਥਿਤੀ ਹੈ। ਜੀਵਨ ਵਿੱਚ ਰਹਿੰਦੇ ਵੱਖ ਵੱਖ ਬੰਧਨਾਂ ਤੋਂ ਮੁਕਤ ਰਹਿਣਾ ਹੀ ਜੀਵਨ ਮੁਕਤ ਸਥਿਤੀ ਹੈ। ਓਮ ਸ਼ਾਂਤੀ।